ਜਦੋਂ ਤੱਕ ਇਹ ਬੋਤਲ ਖਾਲੀ ਸੀ ਉਦੋਂ ਤੱਕ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਜਦੋਂ ਇਸ ਬੋਤਲ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੈਟਰੋਲ ਪੰਪ ਉੱਤੇ ਹੰਗਾਮਾ ਹੋ ਗਿਆ। ਜਿਸ ਬੋਤਲ ਨੂੰ ਇਹ ਨੌਜਵਾਨ ਪੰਪ ਉੱਤੇ ਲੈ ਕੇ ਖੜਾ ਹੈ, ਇਸ ਦਾ ਕਹਿਣਾ ਹੈ ਕਿ ਇਹ ਬੋਤਲ ਘੱਟੋ ਘੱਟ ਅੱਧੀ ਭਰੀ ਹੋਣੀ ਚਾਹੀਦੀ ਸੀ, ਪਰ ਭਰੀ ਸਿਰਫ ਇੱਕ ਹਿੱਸਾ। ਬਸ ਫੇਰ ਕੀ, ਦੇਖਦੇ ਦੇਖਦੇ ਮੌਕੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਹੱਲਾ ਬੋਲ ਦਿੱਤਾ ਅਤੇ ਪੰਪ ਉੱਤੇ ਸਪੀਕਰ ਗੱਡ ਕੇ ਧਰਨਾ ਲਗਾ ਦਿੱਤਾ ਤੇ ਬੋਤਲ ਨੇ ਪੁਆੜੇ ਪਵਾ ਦਿੱਤੇ। ਤਸਵੀਰਾਂ ਸੰਗਰੂਰ ਦੇ ਬਲਾਕ ਮੂਨਕ ਦੀਆਂ ਨੇ, ਜਿੱਥੇ ਗੁਰਵਿੰਦਰ ਸਿੰਘ ਮੁਤਾਬਕ ਜਦੋਂ ਉਸਨੇ 100 ਰੁਪਏ ਦਾ ਤੇਲ ਇਸ ਬੋਤਲ ਚ ਭਰਵਾਇਆ ਤਾਂ ਤੇਲ ਘੱਟ ਨਿਕਲਿਆ, ਪਰ ਜਦੋਂ ਇਸ ਦੀ ਸ਼ਿਕਾਇਤ ਉਸਨੇ ਕਰਿੰਦਿਆਂ ਨੂੰ ਕੀਤੀ ਤਾਂ ਉਸਦੀ ਗੱਲ ਸੁਣਨ ਦੀ ਬਜਾਏ ਕਰਿੰਦੇ ਉਸਦੇ ਗੱਲ ਪੈ ਗਏ। ਇਹਨਾਂ ਨੇ ਮੈਨੂੰ ਤੇਲ ਪਾਤਾ ਜੀ, ਮੈਂ ਇਹਨਾਂ ਨੂੰ 100-50 ਦੇ ਨੋਟ ਦਿੱਤੇ, 100 ਰੁਪਇਆ ਦਿੱਤਾ ਤੇ ਉਹਨੂੰ ਮੈਂ ਮੁੰਡੇ ਜਿਹਦੇ ਨੇ ਮੈਨੂੰ ਤੇਲ ਪਾਤਾ ਉਹਨੂੰ ਆਖਿਆ, ਮਹਾ ਯਾਰ ਤੇਲ ਘੱਟ ਹੈ, ਹਜੇ ਇਹਨਾਂ ਦਾ ਕਰਿੰਦਾ ਮੈਨੂੰ ਬੋਲਦਾ ਕਹਿੰਦਾ ਤੇਲ ਨਹੀਂ ਘੱਟ, ਤੇਰੀ ਬੋਤਲ ਵੱਡੀ ਹੈ। ਮਹਾ ਜੀ ਚਲੋ ਬੋਤਲ ਵੱਡੀ ਹੈ, ਮਹਾ ਨਾ ਯਾਰ 2 ਲੀਟਰ ਦੀ ਬੋਤਲ ਹੈ, ਮਹਾ ਠੰਡੇ ਵਾਲੀ ਹੈ, ਮਹਾ ਇੰਨੀ ਕੀ ਅੱਧੀ ਕੁ ਤਾਂ ਹੋਣੀ ਚਾਹੀਦੀ ਹੈ ਇਹ। ਮੈਨੂੰ ਕਹਿੰਦੇ ਮਿਲ ਲੈ, ਮੈਂ ਉਦੋਂ ਬਾਅਦ ਇਹ ਬੋਤਲ ਉਹ 'ਤੇ ਮਿਲੀ ਜੀ, ਆਪਣੇ ਨਾਪ ਹੁੰਦਾ ਜਿਹੜਾ ਇਹਨਾਂ ਕੋਲ ਲੀਟਰ ਵਾਲਾ ਜੀ, ਅੱਧਾ ਹੋਇਆ ਜੀ। ਉਦੋਂ ਬਾਅਦ ਇਹਨੂੰ ਮੈਂ ਆਖਿਆ ਮਹਾ ਕਿ ਯਾਰ ਕਿਉਂ ਠੱਗੀ ਮਾਰਦੇ ਹੋ, ਮੈਨੂੰ ਕਹਿੰਦੇ ਜਿਹੜਾ ਕੁਛ ਤਾਂ ਕਰਨਾ ਸਾਡਾ ਕਰ ਲੈ, ਅਸੀਂ ਤਾਂ ਹੀ ਮਾਰਾਂਗੇ ਜਾਂ ਭੱਜਾ, ਕਹਿੰਦੇ ਉਰੋਂ ਜਿਹਨੂੰ ਬੁਲਾਉਣਾ ਬੁਲਾ ਲਿਆ। ਫਿਰ ਮੈਂ ਸਾਡੇ ਮੱਖਣ ਸਿੰਘ ਜੀ ਪਾਪੜਾ ਪ੍ਰਧਾਨ ਨੇ ਜੀ ਇਹਨਾਂ ਨੂੰ ਬੁਲਾਇਆ ਜੀ, ਤੇ ਇਹਨਾਂ ਨੇ ਆ ਕੇ ਜੀ ਫਿਰ ਮੇਰਾ ਸਾਥ ਦਿੱਤਾ ਜੀ ਪਿੰਡ ਦੇ। ਹਾਂਜੀ ਹਾਂਜੀ, ਉਹਦੇ 100 ਰੁਪਏ ਦਾ 1 ਲੀਟਰ 0.2 ਤੇਲ ਬਣਦਾ ਜੀ, ਜੋ ਅੱਜ ਦਾ ਰੇਟ ਆ ਉਹਦੇ ਹਿਸਾਬ ਨਾਲ ਉਨੀ ਪਾਇਆ ਜੀ ਮੇਰੇ, ਮੈਂ ਦੇਖਿਆ ਵੀ ਹੈ। ਮੈਂ ਤੇਲ ਯਾਰ ਤਾਂ ਸਹੀ ਭਰ ਗਿਆ, ਪਰ ਇਹ 'ਚ ਸਹੀ ਨਹੀਂ ਹੈਗਾ, ਮੈਂ ਸਾਰਾ ਕੁਛ ਦੇਖਿਆ ਜੀ। ਮੈਂ ਤਾਂ ਜੀ ਮੰਗ ਕਰਦਾ ਵੀ ਇਹ ਠੱਗਾਂ ਨੂੰ ਬੰਦ, ਪੰਪ ਬੰਦ ਕੀਤੇ ਜਾਣ ਜੀ, ਇਹਨਾਂ ਦੇ ਜਿਹੜੇ ਠੱਗੀਆਂ ਮਾਰਦੇ ਨੇ ਜੀ। ਇਹ ਮੁੰਡੇ ਨੂੰ ਤੇਲ ਘੱਟ ਪਾਇਆ ਗਿਆ, ਇਹਨੇ ਸਾਨੂੰ ਫੋਨ ਕਰਿਆ, ਅਸੀਂ ਸਾਡੇ ਅੱਜ ਆਰਥੀ ਫੂਕ ਮੁਜ਼ਾਹਰੇ ਸੀ ਪ੍ਰਧਾਨ ਮੰਤਰੀ ਦੇ, ਮੈਂ ਚੋਟੀਆਂ ਗਿਆ ਸੀ, ਉੱਥੇ ਹੀ ਅਸੀਂ ਆਏ ਕਿਉਂਕਿ ਇਹ ਠੱਗੀ ਦਾ ਅੱਡਾ ਹੈ ਜਿਹੜਾ ਇਹ ਆਪਣਾ ਇਹਨਾਂ ਦਾ ਪੰਪ ਹੈ। ਮੈਂ ਪਹਿਲਾਂ ਵੀ ਦੇਖਿਆ ਇੱਕ ਗਰੀਬ ਕਿਸਾਨ, ਉਹਨੂੰ 200-500 ਰੁਪਇਆ ਲਿਆ, ਉਹਨੇ 200 ਦਾ ਤੇਲ ਪਵਾਇਆ, 300 ਆਪਦੀ ਜੇਬ 'ਚ ਹੀ ਪਾ ਗਏ, ਮੇਰੇ ਸਾਹਮਣੇ ਦੀ ਗੱਲ ਇਹ, ਉਹ ਬਿਲਕਦਾ ਰਿਹਾ, ਉਲਟਾ ਉਹਨੂੰ ਮਾਰਨ ਤੱਕ ਗਏ। ਮੈਂ ਕਿਹਾ ਕਿ ਇਹ ਚੱਕਾ, ਕਹਿੰਦਾ ਤੁਸੀਂ ਕੌਣ ਹੁੰਦੇ ਹੋ, ਉਹਦੇ ਵੀ ਇਹ ਬੰਦੇ ਗਲਤ ਬੋਲੇ ਜਿਹੜੇ ਇਹਨਾਂ ਦੇ ਕਰਿੰਦੇ ਨੇ, ਇਹਨਾਂ ਦੇ ਖੂਨ ਮੂੰਹ ਲੱਗਿਆ ਹੋਇਆ। ਅੱਜ ਵੀ ਜਦੋਂ ਅਸੀਂ ਆਏ ਉਦੋਂ ਪਹਿਲਾਂ ਸਾਡੇ ਗ੍ਰਾਂ ਵਾਲੇ ਸਾਥੀ ਵੀ ਆ ਰਹੇ ਸੀ, ਉਹ ਕਹਿੰਦੇ ਵੀ ਤਸੱਲੀ ਕਰਾਤੀ ਇਹਨਾਂ ਨੇ, ਉੱਪਰ ਦੇਖ ਲਓ ਜੀ ਇਹਨਾਂ ਦਾ ਚੈੱਕ ਕਰ ਲਓ। ਅਸੀਂ ਕਿਹਾ ਵੀ ਉੱਪਰ ਕੀ ਚੈੱਕ ਕਰਨਾ ਯਾਰ, ਆਹ ਸਾਡੇ ਕੋਲ ਰਸੀਦ ਹੈ, ਆਹ ਦੇਖੋ ਇਹਦੀ 100 ਰੁਪਏ ਦੀ, ਆਹ ਸਾਡੇ ਕੋਲ ਬੋਤਲ ਹੈ, ਆਹ ਦੇਖੋ ਤੇਲ ਪਿਆ ਹੋਇਆ ਜਿਹਦੇ 'ਚ 50 ਰੁਪਇਆਂ ਤੋਂ ਵੀ ਘੱਟ ਹੈ ਤੇਲ। ਇਸ ਕਰਕੇ ਜੀ ਅਸੀਂ, ਸਾਡੇ ਸਾਥੀ ਆ ਰਹੇ ਨੇ, ਕਣਕ ਦਾ ਸੀਜ਼ਨ ਹੋਣ ਕਰਕੇ ਸੁਨੇਹੇ ਲੇਟ ਲੱਗੇ ਨੇ, ਸਾਡੇ ਸਾਥੀ ਆ ਰਹੇ ਨੇ, ਅਸੀਂ ਲੰਬਾ ਸਮਾਂ ਇੱਥੇ ਚਲਾਵਾਂਗੇ ਆਪਣਾ ਪ੍ਰੋਗਰਾਮ, ਜਿੰਨਾ ਚਿਰ ਇਹ ਪੰਪ ਸੀਲ ਨਹੀਂ ਹੁੰਦਾ ਅਸੀਂ ਇੱਥੋਂ ਉੱਠ ਕੇ ਜਾਣ ਵਾਲੇ ਨਹੀਂ। ਪ੍ਰੈਸ ਵਾਲੇ ਭਰਾ ਆ ਗਏ, ਪੁਲਿਸ ਪ੍ਰਸ਼ਾਸਨ ਵੀ ਆਉਣ ਵਾਲਾ ਹੈ, ਤੇ SDM ਸਾਹਿਬ ਨੂੰ ਵੀ ਬੁਲਾ ਰਹੇ ਹਾਂ। ਤੁਸੀਂ ਕੀ ਕੀ ਕਾਰਵਾਈ ਚਾਹੁੰਦੇ ਹੋ? ਅਸੀਂ ਜੀ ਪੰਪ ਨੂੰ ਸੀਲ ਕਰਾਉਣਾ ਚਾਹੁੰਦੇ ਹਾਂ। ਪਰ ਉਧਰ ਜਦੋਂ ਪੰਪ ਦੇ ਮੈਨੇਜਰ ਆਸ਼ੀਸ਼ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਹਾਣੀ ਹੀ ਬਦਲ ਕੇ ਰੱਖ ਦਿੱਤੀ। ਮੈਨੇਜਰ ਦਾ ਕਹਿਣਾ ਹੈ ਕਿ ਗੁਰਵਿੰਦਰ ਨੇ ਤੇਲ 100 ਦਾ ਨਹੀਂ ਸਗੋਂ 50 ਰੁਪਏ ਦਾ ਪਵਾਇਆ ਸੀ, ਪਰ ਪੈਸੇ ਨਾ ਤਾਂ 50 ਦੇ ਦਿੱਤੇ ਤੇ ਨਾ ਹੀ 100 ਦੇ। ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਮੁੰਡੇ ਕਹਿੰਦੇ ਕਹਿੰਦੇ ਵੀ ਸਾਨੂੰ 50 ਦਾ ਤੇਲ ਪਵਾਉਂਦੇ ਸੀਗੇ, ਬਾਅਦ 'ਚ ਕਹਿੰਦੇ ਚਲੋ 100 ਦਾ ਪਾ ਦਿਉ, 50 ਦਾ ਪੈ ਚੁੱਕਿਆ ਸੀ, 50 ਦਾ ਪਾਉਣ ਲੱਗਿਆ ਵਿੱਚੋਂ 2-3 ਜਿਹੜੇ ਐਗਰੈਸਿਵ ਹੋ ਗਏ, ਉਹ ਕਹਿੰਦੇ ਤੇਰੇ ਥੱਪੜਾ ਮਾਰਾਂਗੇ, ਇਹਨਾਂ ਨੇ ਚਤਰਾਈ ਕਰਨ ਤੇਲ ਘੱਟ ਪਾਉਂਦੇ। ਜਦੋਂ ਤੇਲ 50 ਦਾ ਪਿਆ, 50 ਦਾ ਪਾਉਣ ਦਾ ਤਾਂ ਮੌਕਾ ਹੀ ਨਹੀਂ ਦਿੱਤਾ, ਨਾ ਤਾਂ ਮੁੰਡੇ ਨੂੰ 50 ਹੀ ਦਿੱਤੇ ਨਾ 100 ਹੀ ਦਿੱਤੇ। ਬਾਅਦ 'ਚ ਰੌਲਾ ਪਾ ਕੇ ਵੀ ਮੁੰਡੇ ਥੱਪੜਾ ਮਾਰਨ ਲੱਗੇ, ਇੰਨੇ ਰੌਲਾ ਇਕੱਠਾ ਹੋ ਗਿਆ, ਬੰਦੇ ਵੀ ਇਕੱਠੇ ਹੋ ਗਏ, ਇਹ ਰੌਲਾ ਮਾਰਿਆ, ਇੰਨੀ ਗੱਲ ਨਹੀਂ। ਰਸੀਦ ਨੇ ਕੱਢੀ ਗਈ ਤੁਹਾਡੇ ਵੱਲੋਂ? ਰਸੀਦ ਵੀ ਕੱਢੀ ਹੈ ਜੀ, ਕੈਮਰੇ ਵੀ ਚੈੱਕ ਕਰਾਤੇ, ਉਹਨਾਂ ਦੇ ਬੰਦੇ ਕੈਮਰੇ ਚੈੱਕ ਕਰਕੇ ਸਾਰਾ ਕੁਛ ਸਲੀਕ ਕੇ ਚਲੇ ਗਏ, ਬਲਕਿ ਉਹਨਾਂ ਨੇ ਉਹਨੂੰ ਕਿਹਾ ਕਹਿੰਦੇ ਵੀ ਉਹਨਾਂ ਸਹੀ ਨੇ ਕੈਮਰੇ, ਫਿਰ ਉਹਨਾਂ ਜਾ ਕੇ ਤੁਸੀਂ ਨਾਲ ਮਿਲ ਕੇ ਉਹਨਾਂ ਦੀ ਗੱਲ ਮੰਨੀ ਨਹੀਂ, ਉਹ ਵਿਚਾਰੇ ਉੱਠ ਕੇ ਚਲੇ ਗਏ ਨਾ। ਸੋ ਮਾਮਲੇ 'ਚ ਕੌਣ ਸੱਚਾ ਹੈ ਤੇ ਕੌਣ ਝੂਠਾ, ਇਸ ਬਾਬਤ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਹੁਣ ਕੰਪਨੀ ਨੂੰ ਚਾਹੀਦਾ ਹੈ ਕਿ ਜੇਕਰ ਘੱਟ ਤੇਲ ਪਾਉਣ ਦੀ ਸ਼ਿਕਾਇਤ ਕੀਤੀ ਹੈ ਤਾਂ ਇਸ ਦੀ ਜਾਂਚ ਬਾਰੀਕੀ ਨਾਲ ਕੀਤੀ ਜਾਵੇ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।